ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਗ੍ਰਾਮ ਸਟੱਡੀ ਵੀਦ ਜੋਬ ਅਲਰਟ ਤੇ ਤਾਜੀ ਵੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਬੀਤੇ ਦਿਨ ਜਿਹੜੇ ਕੱਚੇ ਅਧਿਆਪਕ ਪੱਕੇ ਕੀਤੇ ਗਏ ਐ ਤਾਂ ਇਹ ਮਸਲਾ ਕਾਫੀ ਜਿਹੜਾ ਗਰਮਾਇਆ ਹੋਇਆ ਐ ਤਾਂ ਸਰਕਾਰ ਵੀ ਕਿਤੇ ਨਾ ਕਿਤੇ ਕਿਰਦੀ ਨਜ਼ਰ ਆ ਰਹੀ ਐ ਤਾਂ ਕੀ ਗੁੱਜ ਹੋਇਆ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪੰਜਾਬ ਸਰਕਾਰ ਵੱਲੋਂ ਲੰਘੇ ਦਿਨੀ 12000 ਤੋਂ ਜ਼ਿਆਦਾ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਕੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਲਿਆਉਣ ਦੀ ਕੋਸ਼ਿਸ਼ ਐ ਜਿਹੜੀ ਕੀਤੀ ਗਈ ਐ ਲੰਬੇ ਸੰਘਰਸ਼ ਤੋਂ ਬਾਅਦ ਅਧਿਆਪਕਾਂ ਦੀ ਮੰਗ ਹੈ ਜਿਹੜੀ ਮੰਨੀ ਗਈ ਹੈ ਇਸ ਮੌਕੇ ਅਧਿਆਪਕਾਂ ਦੀਆਂ ਅੱਖਾਂ ਦੇ ਵਿੱਚੋਂ ਖੁਸ਼ੀ ਦੇ ਹੰਝੂ ਆ ਤਾਂ ਬਹੇ ਨੇ ਪਰ ਕੁਝ ਅਧਿਆਪਕ ਅਜੇ ਵੀ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਆ ਜਿਹੜਾ ਕਰ ਰਹੇ ਐ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਅਧਿਆਪਕਾਂ ਨੂੰ ਸਿਰਫ ਵਰਗ ਲਾਇਆ ਹੈ ਅਧਿਆਪਕਾਂ ਨੂੰ ਪੱਕੇ ਨਹੀਂ ਕੀਤਾ ਗਿਆ ਸਿਰਫ ਤਨਖਾਹਾਂ ਦੇ ਵਿੱਚ ਵਾਧਾ ਜਿਹੜਾ ਕੀਤਾ ਗਿਆ ਹੈ ਕੋਈ ਵੀ ਮੌਜੂਦਾ ਤਨਖਾਹ ਗ੍ਰੇਡ ਅਤੇ ਨਿਜਮ ਅਧਿਆਪਕਾਂ ਤੇ ਲਾਗੂ ਨਹੀਂ ਹੋ ਰਿਹਾ ਇਹ ਗੱਲ ਆ ਸਾਹਮਣੇ ਆਉਣ ਤੇ ਸਰਕਾਰ ਦੇ ਇਸ ਕਾਰਜ ਉੱਤੇ ਵੀ ਸਵਾਲ ਉੱਠਣੇ ਜਿਹੜੇ ਸ਼ੁਰੂ ਹੋ ਗਏ ਨੇ ਸਿਆਸਤਾ ਜਿਹੜੀ ਪੂਰੀ ਤਰ੍ਹਾਂ ਗਰਮਾ ਗਈ ਹੈ ਵਿਰੋਧੀ ਧਿਰਾਂ ਨੇ ਵੀ ਇਸ ਮਾਮਲੇ ਨੂੰ ਜਿਹੜਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ ਅਧਿਆਪਕਾਂ ਨੂੰ ਪੱਕੇ ਕਰਨ ਦੇ ਮਾਮਲੇ ਉੱਤੇ ਅਧਿਆਪਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਅਧਿਆਪਕ ਨੂੰ ਸੀਐਸਆਰ ਦੇ ਨਿਯਮਾਂ ਦੇ ਅਨੁਸਾਰ ਤਨਖਾਹ ਨਹੀਂ ਦਿੱਤੀ ਜਾ ਰਹੀ ਇਹੀ ਨਹੀਂ ਕੋਈ ਤਨਖਾਹ ਗ੍ਰੇਡ ਅਤੇ ਨਿਯਮ ਵੀ ਅਧਿਆਪਕਾਂ ਤੇ ਲਾਗੂ ਨਹੀਂ ਹੋ ਰਿਹਾ ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਵੀ ਇਹ ਗੱਲ ਕਹੀ ਹੈ ਅਤੇ ਮਾਵਲੇ ਨੂੰ ਲੈ ਕੇ ਹੋਣਾ ਆਪ ਅਤੇ ਕਾਂਗਰਸ ਵੀ ਆਮਣੋ ਸਾਹਮਣੇ ਆ ਜਿਹੜੇ ਹੋ ਚੁੱਕੇ ਐ ਤਾਂ ਇੱਥੇ ਸਰਕਾਰੀ ਅਧਿਆਪਕ ਜੂਨੀਅਨ ਦੇ ਸੂਬਾ ਪ੍ਰਧਾਨ ਸੁਖਬਿੰਦਰ ਸਿੰਘ ਚਾਹਲਦਾ ਕਹਿਣਾ ਹੈ ਕਿ ਸਰਕਾਰ ਨੇ ਅਧਿਆਪਕਾਂ ਦੀਆਂ ਤਨਖਾਹਾਂ 'ਚ ਵਾਅਦਾ ਕਰਨ ਦਾ ਫੈਸਲਾ ਤਾਂ ਚੰਗਾ ਲੇ ਪਰ ਉਹਨਾਂ ਦੀਆਂ ਸੇਵਾਵਾਂ ਦੇ ਵਿੱਚ ਰੈਗੂਲਰ ਅਧਿਆਪਕ ਵਾਲਾ ਕੋਈ ਨਿਯਮ ਹੈ ਜਿਹੜਾ ਉਹ ਨਹੀਂ ਹੈ ਸਰਕਾਰ ਨੇ ਜੋ ਤਨਖਾਹਾਂ ਵਧਾਈਆਂ ਨੇ ਉਹ ਕਿਸੇ ਵੀ ਸਰਕਾਰੀ ਪੇ ਗ੍ਰੇਡ ਵਿੱਚ ਨਹੀਂ ਆਉਂਦੀਆਂ ਸਰਕਾਰ ਨੇ ਆਪਣੇ ਹੀ ਨਿਯਮ ਹੈ ਜਿਹੜੇ ਬਣਾਏ ਐ ਅਤੇ ਆਪਣਾ ਹੀ ਦਾਇਰਾ ਜਿਹੜਾ ਸਥਾਪਿਤ ਕੀਤਾ ਹੈ ਜਿੰਨਾ ਅੰਦਰ ਅਧਿਆਪਕਾਂ ਨੇ ਕੰਮ ਹੈ ਜਿਹੜਾ ਕਰਨਾ ਹੈ ਤਨਖਾਹ ਵਿੱਚ ਵਾਅਦੇ ਨਾਲ ਕੋਈ ਵੀ ਪੱਤਾ ਜਿਹੜਾ ਨਹੀਂ ਪਤਾਇਆ ਗਿਆ ਅਤੇ ਨਾ ਹੀ ਕੋਈ ਪੱਤਾ ਲਾਗੂ ਕੀਤਾ ਗਿਆ ਕੋਈ ਮੈਡੀਕਲ ਸਹੂਲਤ ਨਹੀਂ ਕੋਈ ਡੀਏ ਨਹੀਂ ਕੋਈ ਮੈਡੀਕਲ ਛੁੱਟੀ ਨਹੀਂ ਇਸ ਤੋਂ ਇਲਾਵਾ ਰੈਗੂਲਰ ਅਧਿਆਪਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਮਕਾਨ ਪੱਤਾ ਮੋਬਾਈਲ ਪੱਤਾ ਨਾ ਹੀ ਪੈਨਸ਼ਨ ਦੇ ਕਿਸੇ ਲਾਭ ਦਾ ਜ਼ਿਕਰ ਇਹਦੇ ਵਿੱਚ ਕੀਤਾ ਗਿਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੀਐਸਆਰ ਦੇ ਨਿਯਮਾਂ ਅਨੁਸਾਰ ਤਨਖਾਹ ਹੀ ਨਹੀਂ ਜਿਹੜੀ ਦਿੱਤੀ ਜਾ ਰਹੀ ਪੱਕੇ ਕੀਤੇ ਅਧਿਆਪਕਾਂ ਦੇ ਵਿੱਚ ਸੇਵਾਮਾਰ ਰੈਗੂਲਰ ਅਧਿਆਪਕਾਂ ਵਾਲਾ ਕੋਈ ਨਿਯਮ ਜਿਹੜਾ ਨਹੀਂ ਹੈ ਜੋ ਤਰ੍ਹਾਂ ਕਹਾਵਾਂ ਵਧਾਈਆਂ ਗਈਆਂ ਨੇ ਉਹ ਕਿਸੇ ਵੀ ਸਰਕਾਰੀ ਪੇ ਗ੍ਰੇਡ ਵਿੱਚ ਨਹੀਂ ਆਉਂਦੀਆਂ ਕੋਈ ਪੱਤਾ ਨਹੀਂ ਲਾਗੂ ਕੀਤਾ ਗਿਆ ਨਾ ਕੋਈ ਛੁੱਟੀ ਹੈ ਨਾ ਮੈਡੀਕਲ ਸਹੂਲਤ ਹੈ ਨਾ ਕੋਈ TDA ਨਾ ਕੋਈ ਪੈਨਸ਼ਨ ਦਾ ਜ਼ਿਕਰ ਹੈ ਤਾਂ ਇਹ ਜਿਹੜੀ ਗੱਲ ਕਹੀ ਹੈ ਅਧਿਆਪਕ ਜੂਨੀਅਨ ਸਰਕਾਰੀ ਅਧਿਆਪਕ ਜੂਨੀਅਨ ਪ੍ਰਧਾਨ ਨੇ ਜਿਹੜੇ ਸੁਖਵਿੰਦਰ ਸਿੰਘ ਚਹਿਲ ਚੂਬਾ ਪ੍ਰਧਾਨ ਨੇ ਇਹਨਾਂ ਵੱਲੋਂ ਵੀ اپنی گل ہے جیڑی رکھی گئی ہے۔ ਤਾਂ ਅੱਗੇ ਇਹ ਜਿਹੜਾ ਇਹ ਨਿਯੁਕਤੀ ਪੱਤਰ ਜਿਹੜਾ ਇਹਦੇ ਵਿੱਚ ਦਿੱਤੇ ਗਏ ਐ ਤਾਂ ਇਹਦੇ ਵਿੱਚ ਕਿਹੜੇ-ਕਿਹੜੀਆਂ ਇਹਦੇ ਵਿੱਚ ਸ਼ਰਤਾਂ ਜਿਹੜੀ ਲਿਖੀ ਗਈਆਂ ਨੇ ਤਾਂ ਅਸੀਂ ਪਹਿਲਾ ਵੀਡੀਓ ਦੇ ਵਿੱਚ ਜ਼ਿਕਰ ਵੀ ਕੀਤਾ ਸੀ ਵੀ ਕਿਸੇ ਕੋਲ ਹੈ ਤਾਂ ਜ਼ਰੂਰ ਸ਼ੇਅਰ ਕਰ ਦਿਓ। ਤਾਂ ਅਧਿਨ ਸਿੱਖਿਆ ਭਾਗ ਵੱਖ-ਵੱਖ ਗਾਡਰਾਂ ਦੇ ਕਰਮਚਾਰੀਆਂ ਨੂੰ ਦਿੱਤੀ ਗਈ ਪ੍ਰਤੀ ਬੇਨਤੀ ਤੇ ਆਪ ਨੂੰ ਯੋਗ ਮੰਨਦੇ ਹੋਏ ਇਸ ਨੀਤੀ ਦੀਆਂ ਸ਼ਰਤਾਂ ਦੀ ਨਾਲਪ ਨੂੰ 58 ਸਾਲ ਦੀ ਉਮਰ ਤੱਕ ਬਤੌਰ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਆ ਆਪ ਦੀ ਵਿਦਿਆਕ ਯੋਗਤਾ ਦੇ ਦਾਇਰੇ ਤੇ ਪ੍ਰਤਿਭਾ ਅਨੁਸਾਰ ਹੀ ਅਨਖਾਤੇ ਆਪ ਨੂੰ ਮੌਜੂਦਾ ਸਟੇਸ਼ਨ ਦੇ ਹੇਠ ਲਿਖੀਆਂ ਸ਼ਰਤਾਂ ਦੇ ਅਨੁਸਾਰ ਨਿਯੁਕਤੀ ਦੀ ਪੇਸ਼ਕਸ਼ ਹੈ ਜਿਹੜੀ ਕੀਤੀ ਜਾਂਦੀ ਹੈ ਤਾਂ ਇਹਦੇ ਵਿੱਚ ਸ਼ਰਤਾਂ ਕਿਹੜੀਆਂ-ਕਿਹੜੀਆਂ ਨੇ ਇਹੇ ਮੇਨ ਗੱਲਾਂ ਨੇ ਇਹਦੇ ਵਿੱਚ ਆਪਜੀ ਦੀ ਨਿਯੁਕਤੀ ਸਪੈਸ਼ਲ ਕਾਟਰ ਦੀ ਅਸਾਮੀ ਤੇ ਜਿਹੜੀ ਕੀਤੀ ਜਾਂਦੀ ਹੈ ਦੂਸਰਾ ਸਪੈਸ਼ਲ ਕਾਟਰ ਲਈ ਸਰਵਿਸ ਰੂਲ ਵੱਖਰੇ ਤੌਰ ਤੇ ਅਧिसूचित ਹੈ ਜਿਹੜੇ ਕੀਤੇ ਜਾਣਗੇ ਯਾਨੀ ਕਿ ਸਰਵਿਸ ਰੂਲ ਨੇ ਜਿਹੜੇ ਤੁਹਾਡੇ ਕੱਚੇ ਦੇ ਆਪਕੇ ਜਿਹੜੇ ਪੱਕੇ ਕੀਤੇ ਗਿਆ ਉਹ ਵੱਖਰੇ ਤੌਰ ਤੇ ਇਹਨਾਂ ਨੂੰ ਦੱਸੇ ਜਾਣਗੇ ਤੀਸਰਾ ਪੁਆਇੰਟ ਆਪ ਦੀ ਸੀਨੀਅਰਤਾ ਇਸ ਵਰਤੀ ਸੰਬੰਧੀ ਵਕਰੇ ਤੌਰ ਤੇ ਬਣਨ ਵਾਲੇ ਸਰਵਿਸ ਰੂਲ ਅਨੁਸਾਰ ਨਿਰਧਾਰਤ ਕੀਤੀ ਜਾਵੇਗੀ। ਚੌਥਾ ਆਪ ਨੂੰ ਇਸ ਵਿਭਾਗ ਵਿੱਚ ਪਹਿਲਾਂ ਕੀਤੀ ਬਤੌਰ ਆਰਜੀ ਠੇਕੇ ਤੇ ਤਦ ਅਰਥ ਆਧਾਰ ਤੇ ਕੀਤੀ ਸੇਵਾ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਲਾਭ ਮਿਲਣ ਯੋਗ ਨਹੀਂ ਹੋਵੇਗਾ। ਤੁਸੀਂ ਹੁਣ ਤੱਕ ਜੋ ਵੀ ਕੰਮ ਕੀਤਾ ਹੈ ਜਿਵੇਂ ਵੀ ਕੀਤਾ ਹੈ ਚਾਹੇ ਆਰਜੀ ਤੌਰ ਤੇ ਚਾਹੇ ਠੇਕੇ ਤੇ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਤਾਂ ਉਹ ਕੀਤੀ ਗਈ ਸੇਵਾ ਦਾ ਕੋਈ ਵੀ ਲਾਭ ਜਿਹੜਾ ਉਹ ਇਨ੍ਹਾਂ ਅਧਿਆਪਕਾਂ ਨੂੰ ਨਹੀਂ ਮਿਲੇਗਾ। ਪੰਜਵਾਂ ਪੁਆਇੰਟ ਹੈ ਆਪ ਨੂੰ ਵਿੱਤ ਵਿਭਾਗ ਪੰਜਾਬ ਵੱਲੋਂ ਨਿਰਧਾਰਿਤ ਤਨਖਾਹ ਵਿੱਚ ਸਾਲਾਨਾ 5% ਵਾਧਾ ਮਿਲਣਯੋਗ ਜਿਹੜਾ ਹੋਵੇਗਾ। ਆਏ ਸਾਲ ਤੁਹਾਡੀ 5% ਤਨਖਾਹ ਜਿਹੜੀ ਉਹ ਵਧੇਗੀ। 6ਵਾਂ ਪੁਆਇੰਟ ਹੈ ਆਪ ਪੰਜਾਬ ਰਾਜ ਵਿੱਚ ਕਿਸੇ ਵੀ ਸਕੂਲ ਦਫ਼ਤਰ ਵਿੱਚ ਸੇਵਾਵਾਂ ਪ੍ਰਦਾਨ ਕਰਨ ਲਈ ਪਾਵਨ ਦੇ ਜਿਹੜੇ ਹੋਮਗੇ। ਤਾਂ ਸਟੇਟ ਪੰਜਾਬ ਆ ਗਈ। ਤਾਂ ਕਿਸੇ ਵੀ ਸਕੂਲ ਦਾ ਦਫ਼ਤਰ ਦੇ ਵਿੱਚ ਸੇਵਾਵਾਂ ਲਈ ਤੁਹਾਨੂੰ ਕਿਹਾ ਜਾ ਸਕਦਾ ਹੈ 7ਵਾਂ ਪੁਆਇੰਟ ਹੈ ਆਪ ਨੂੰ ਨਿਯੁਕਤੀ ਵਾਲੀ ਥਾਂ ਤੇ ਹਾਜ਼ਰ ਹੋਣ ਲਈ ਕੋਈ ਟੀਏ ਡੀਏ ਨਹੀਂ ਦਿੱਤਾ ਜਾਵੇਗਾ 8ਵਾਂ ਪੁਆਇੰਟ ਹੈ ਆਪ ਵਿਭਾਗ ਤੋਂ ਪੂਰਵ ਪ੍ਰਵਾਨਗੀ ਲਏ ਬਿਨਾ ਕਿਸੇ ਪ੍ਰਕਾਰ ਦੀ ਉਚੇਰੀ ਸਿੱਖਿਆ ਹਾਸਲ ਹੈ ਜਿਹੜੀ ਨਹੀਂ ਕਰੋਗੇ 9ਵਾਂ ਪੁਆਇੰਟ ਹੈ ਜੇਕਰ ਆਪ ਕਿਸੇ ਮੌਕੇ ਤੇ ਆਪਣੀ ਨੌਕਰੀ ਤੋਂ ਅਸਤੀਫਾ ਦੇਣਾ ਚਾਹੋ ਤਾਂ ਇਹ ਲਾਜ਼ਮੀ ਹੋਵੇਗਾ ਕਿ ਆਪ ਵਿਭਾਗ ਨੂੰ 1 ਮਹੀਨੇ ਦਾ আগਾਉਂ ਨੋਟਿਸ ਜਿਹੜਾ ਦੇਵੋਗੇ ਜਾਂ ਉਸਦੇ ਐਸ ਦੇ ਵਿੱਚ ਇੱਕ ਮਹੀਨੇ ਤਨਖਾਹ ਵਿਭਾਗ ਨੂੰ ਜਮ੍ਹਾਂ ਕਰਵਾਉਣ ਲਈ ਪਾਬੰਦ ਹੋਵੋਗੇ 10ਵਾਂ ਪੁਆਇੰਟ ਹੈ ਆਪ ਦੇ ਖਿਲਾਫ ਕੋਈ ਪੁਲਿਸ ਤਫਤੀਸ਼ ਵਿਜੀਲੈਂਸ ਪੜਤਾਲ ਜਾਂ ਵਿਭਾਗੀ ਪੜਤਾਲ ਨਾ ਚੱਲ ਰਹੀ ਹੋਵੇ ਇਸ ਸਬੰਧੀ ਆਪ ਵੱਲੋਂ ਸਵੈ ਘੋਸ਼ਣਾ ਪੱਤਰ ਹੈ ਜਿਹੜਾ ਦਿੱਤਾ ਜਾਵੇਗਾ 11ਵਾਂ ਪੁਆਇੰਟ ਹੈ ਆਪ ਭਾਰਤ ਦੇ ਸੰਵਿਧਾਨ ਪ੍ਰਤੀ ਵਚਨਬੱਧ ਰਹਿਣ ਦੀ ਸੌਂ ਚੁੱਕਣ ਲਈ ਹਲਫਨਾਮਾ ਜਿਹੜਾ ਉਹ ਦੇਵੋਗੇ 12ਵਾਂ ਪੁਆਇੰਟ ਹੈ ਜੇਕਰ ਆਪ ਦਾ ਕੋਈ ਸਰਟੀਫਿਕੇਟ ਦਸਤਾਵੇਜ਼ ਜਾਲੀ ਜਾਂ UGC ਵੱਲੋਂ ਨਿਰਧਾਰਤ ਸ਼ਰਤਾਂ ਅਨੁਸਾਰ ਠੀਕ ਨਹੀਂ ਪਾਇਆ ਜਾਂਦਾ ਤਾਂ ਆਪ ਨੂੰ ਬਿਨਾਂ ਕਿਸੇ ਕਾਰਨ ਕਾਰਨ ਦੱਸੋ ਨੋਟਿਸ ਸੇਵਾ ਤੋਂ ਬਰਖਾਸਤ ਜਿਹੜਾ ਕਰ ਦਿੱਤਾ ਜਾਵੇਗਾ 13ਵਾਂ ਪੁਆਇੰਟ ਹੈ ਮਾਨਯੋਗ ਸੁਪਰੀਮ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਕਿਸੇ ਵੀ ਅਦਾਲਤ ਵੱਲੋਂ ਇਸ ਪਾਲਿਸੀ ਸੰਬੰਧੀ ਦਿੱਤਾ ਗਿਆ ਕੋਈ ਵੀ ਫੈਸਲਾ ਆਪ ਦੀ ਇਸੀ ਨਿਯੁਕਤੀ ਤੇ ਜਿਹੜਾ ਲਾਗੂ ਹੋਵੇਗਾ ਤਾਂ ਇਹ ਬਲੰਡੀਰ ਨੂੰ ਜਿਹੜੇ ਨਿਯੁਕਤੀ ਪੱਤਰ ਜਿਹੜੇ ਦਿੱਤੇ ਗਏ ਐ ਤਾਂ ਉਹਦੇ ਵਿੱਚ ਇੱਥੇ ਇਹਨਾਂ ਦੇ ਸਾਈਨ ਵੀ ਹੁੰਦੇ ਐ ਤਾਂ ਇਹ 13 ਸ਼ਰਤਾਂ ਜਿਹੜੀਆਂ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਨੇ ਤਾਂ ਸ਼ਰਤਾਂ ਪੜਨ ਤੋਂ ਬਾਅਦ ਆਪਾਂ ਵੀ ਅੰਦਾਜ਼ਾ ਲਗਾ ਸਕਦੇ ਆ ਕਿ ਅਧਿਆਪਕਾ ਜਿਹੜੇ ਕਿਸ ਹਿਸਾਬ ਨਾਲ ਰੈਗੂਲਰ ਹੋਣਗੇ ਤਾਂ ਇਸ ਤੇ ਕਾਂਗਰਸ ਸਰਕਾਰ ਵੱਲੋਂ ਵੀ ਨਿਸ਼ਾਨੇ ਜਿਹੜੇ ਸਾਦੇ ਗਏ ਸੋ ਉਹਨਾਂ ਕਿਹਾ ਕੋਈ ਅਧਿਆਪਕਾ ਨੂੰ ਕੋਈ ਮੈਡੀਕਲ ਪੱਤਾ ਨਹੀਂ ਕੋਈ ਮੋਬਾਈਲ ਪੱਤਾ ਨਹੀਂ ਕੋਸੇ ਇੱਕ ਪ੍ਰਕਾਰ ਦਾ ਜਿਹੜਾ ਪੱਤਾ ਨਹੀਂ ਦਿੱਤਾ ਗਿਆ ਸਾਰੇ ਪੱਤਿਆਂ ਤੋਂ ਵਾਂਝੇ ਰੱਖੇ ਗਏ ਤਾਂ ਇੱਥੇ ਰਿਪਲਾਈ ਵੀ ਕੀਤਾ ਹੈ ਸਰਕਾਰ ਵੱਲੋਂ ਜੋ ਮੌਜੂਦਾ ਸਰਕਾਰ ਹੈ ਕਿ ਤੁਹਾਡੀ ਸਰਕਾਰਾਂ ਵੇਲੇ ਵੀ ਅਧਿਆਪਕਾ ਜਿਹੜੇ ਪਤਾ ਨਹੀਂ ਕਿਸ ਤਰੀਕੇ ਨਾਲ ਭਰਤੀ ਕੀਤੇ ਹੈ ਅਗਰ ਉਦੋਂ ਹੀ ਇਹਨਾਂ ਅਧਿਆਪਕਾਂ ਨੂੰ ਸਹੀ ਤਰੀਕੇ ਨਾਲ ਭਰਤੀ ਕਰ ਲਿਆ ਜਾਂਦਾ ਤਾਂ ਅੱਜ ਇਹ ਪੂਰਨ ਤੌਰ ਤੇ ਇਹ ਅਧਿਆਪਕ ਜਿਹੜੇ ਰੈਗੂਲਰ ਹੋਣੇ ਸੀ ਸੋ ਇਹ ਗਲਤੀਆਂ ਪਿਛਲੀਆਂ ਸਰਕਾਰਾਂ ਦੀਆਂ ਨੇ ਇਸ ਸਰਕਾਰ ਨੂੰ ਪਾ ਦੋਸ਼ੀ ਨਹੀਂ ਮੰਨ ਸਕਦੇ ਕਿਉਂਕਿ ਕਾਨੂੰਨੀ ਅੜਚਨਾਵਾਂ ਹੁੰਦੀਆਂ ਨੇ ਕੋਈ ਕਿਸ ਹਿਸਾਬ ਨਾਲ ਅਧਿਆਪਕ ਇਹੜਾ ਭਰਤੀ ਹੋਇਆ ਹੋਇਆ ਹੈ ਕੋਈ ਕਿਸ ਹਿਸਾਬ ਨਾਲ ਕਿਉਂਕਿ ਪਹਿਲਾਂ ਇਦਾਂ ਹੀ ਭਰਤੀ ਆ ਜਿਹੜੇ ਹੋ ਜਾਂਦੇ ਸੀ ਪਰ ਰੂਲਸ ਦੇ ਹਿਸਾਬ ਨਾਲ ਉਹਨਾਂ ਨੂੰ ਰੈਗੂਲਰ ਜਿਹੜਾ ਨਹੀਂ ਕੀਤਾ ਜਾ ਸਕਦਾ ਪਰ ਸਰਕਾਰ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਚਾਹੇ ਕੋਈ ਖੁਸ਼ ਮਰਜ਼ੀ ਕਹੇ ਜਾਵੇ ਸੋਤਨਕਾ ਹਾਂ ਜਰੂਰ ਬਤਾਈਆਂ ਗਈਆਂ ਨੇ ਸੋ ਬਹੁਤ ਵੱਡੀ ਗੱਲ ਹੈ ਆਪਾਂ ਮੈਨ ਆਪਣਾ ਜਿਹੜਾ ਫੋਕਸ ਹੁੰਦਾ ਉਹ ਤਨਖਾਹ ਤੇ ਹੁੰਦਾ ਹੁਣ ਜਿੱਦੀ 6000 ਤਨਖਾਹ ਸੀ ਉਹ ਦੀ 18000 ਹੋ ਗਈ ਸੋ ਤਿੰਨ ਗੁਣਾ ਤਨਖਾਹ ਜਿਹੜੀ ਸਰਕਾਰ ਨੇ ਵਧਾਈ ਹੈ ਇਸ ਕਰਕੇ ਉਹਦੀ ਆਰਥਿਕ ਹਾਲਤ ਹੈ ਜਿਹੜੀ ਜਰੂਰ ਸੁਧਰੇਗੀ ਸੋ ਕਾਫੀ ਜ਼ਿਆਦਾ ਅਧਿਆਪਕ ਇਹਨੂੰ ਠੀਕ ਵੀ ਮੰਨ ਰਹੇ ਐ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਕੰਦ ਦੇ ਜੋ ਨਹੀਂ ਸਰ ਕੀਤੀ ਕਿਸੇ ਨੇ 100 ਰੁਪਏ ਤਨਖਾਹ ਦਾ ਵੀ ਵਧਾਇਆ ਸੀਗਾ ਲਗਾਤਾਰ 9-10 ਸਾਲਾਂ ਤੋਂ ਇਹ ਕੱਚੇ ਅਧਿਆਪਕ ਸੰਘਰਸ਼ ਕਰਦੇ ਆ ਰਹੇ ਸੀਗੇ ਪਰ ਇਹ ਸਰਕਾਰ ਨੇ ਤਨਖਾਹ ਦੇ ਵਿੱਚ ਵਾਅਦਾ ਜਿਹੜਾ ਉਹ ਜਰੂਰ ਕਰ ਦਿੱਤਾ ਤਾਂ ਇਸ ਤੇ ਬਾਕੀ ਅੱਗੇ ਜਿਹੜੀਆਂ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਹੈ ਕਮੈਂਟ ਜਰੂਰ ਕਰਿਓ